सत श्री अकाल किसान भरावो, जिमें कि आपां नूं पता ही आ भी पिछली वारी नरमे ते जिहड़ा गुलाबी सुंडी दा बहुत ज़्यादा हमला होया सीगा। इस बार भी जिहड़ी गुलाबी सुंडी है स्टार्टिंग दे विच देखण नूं मिल रही है। तां अज आपां खेत दे विच पहुंचे हां, पिंड मियां काफ़ी गेता नरमा, जिवें तुसीं देख रहे हो काफ़ी फुल फलाका चमक रहा। तां इस टाइम ते किसान वीरां नूं बेनती है भी आपो अपने खेतों दे विच जरूर जाओ, फुल जरूर चैक करो। फुल किवें चैक करने हैं, जे सुंडी मिलदी है तां दवाई किहड़ी करनी है, उहदे बारे मैं तुहानूं थोड़ा जिहा दस्सदा डिटेल दे विच भी किवें आपां फुल देखणे आ। तां तकरीबन एक किले दे विच हो सकदा तां कोशिश करो 100 फुल तक देखो। जिवें मैं आह बूटे खड़े हैगे, मैं इहनां ते देख रहा सीगा, तां तुहानूं जिहड़ा नरमे दा फुल है उह जिहड़ा बंद मिलेगा इस टाइप ना। आ सारे देख रहे हो तुसीं, इस टाइप ना जिहड़ा नरमे दा फुल है उह बंद मिलेगा। तां इहदे विच की है, ਇਹ ਨਿਸ਼ਾਨੀ ਹੈ ਵੀ ਇਹਦੇ 'ਚ ਗੁਲਾਬੀ ਸੁੰਡੀ ਦਾ ਜਿਹੜਾ ਹੈਗਾ ਉਹ ਆ ਚੁੱਕੀ ਹੈ, ਉਹਦੀ ਆਮਦ ਹੈ ਹੋ ਚੁੱਕਿਆ। ਹੁਣ ਆਪਾਂ ਇਹਨੂੰ ਤੋੜ ਕੇ ਇਹ ਦੇਖਾਂਗੇ ਖੋਲਵੇ। ਇਹਨੂੰ ਦੇਖਣ ਦਾ ਤਰੀਕਾ ਕੀ ਹੈ, ਜ਼ਰੂਰ ਚੈੱਕ ਕਰੋ ਵੀ ਗੁਲਾਬੀ ਸੁੰਡੀ ਆਪਣੇ ਕਿੰਨੀ ਕੁ ਆ ਚੁੱਕੀ ਹੈ। ਤਾਂ ਜਿਸ ਤਰ੍ਹਾਂ ਤੁਸੀਂ ਆਹ ਦੇਖ ਰਹੇ ਹੋਗੇ ਆ ਬੈਠੀ ਹੈਗੀ, ਤਾਂ ਗੁਲਾਬੀ ਸੁੰਡੀ ਇਸ ਤਰ੍ਹਾਂ। ਦੂਸਰੇ ਫੁੱਲ ਵੀ ਦਿਖਾ ਦੇ ਵੀ ਜਿਹੜਾ ਚੋਂ, ਜਿਸ ਤਰ੍ਹਾਂ ਇੱਕ ਆ ਫੁੱਲ ਆ ਦਿਖ ਰਹੀ ਹੈ, ਤਾਂ ਇਹਨਾਂ ਦੇ ਵਿੱਚ ਵੀ ਗੁਲਾਬੀ ਸੁੰਡੀ ਹੱਥ 'ਤੇ ਧਰ ਲੈਣ ਆ ਸੀਗੀ। ਇਹ ਆ ਦੇਖ ਰਹੇ ਹੋ ਤੁਸੀਂ ਆ ਰਹੀ, ਤਾਂ ਗੁਲਾਬੀ ਸੁੰਡੀ ਆ ਜਿਹੜੀ ਆ ਰਹੀ, ਦੇਖ ਰਹੇ ਹੋ ਬਿਲਕੁਲ ਤੁਰੀ ਜਾਂਦੀ ਆ ਰਹੀ। ਤਾਂ ਹੁਣ ਕੀ ਆ ਵੀ ਤੁਸੀਂ ਇਸ ਟਾਈਮ 'ਤੇ ਜਿਹੜਾ ਹੈਗਾ ਤਕਰੀਬਨ 100 ਫੁੱਲ ਚੈੱਕ ਕਰੋ। ਜੇ 100 ਫੁੱਲ ਦੇ ਵਿੱਚੋਂ ਅਲੱਗ ਅਲੱਗ ਜਗ੍ਹਾ ਤੋਂ ਚੈੱਕ ਕਰੋ, ਜੇ 5 ਫੁੱਲ ਤੁਹਾਨੂੰ ਇਸ ਤਰ੍ਹਾਂ ਬੰਦ ਮਿਲਦੇ ਆ, ਰੋਜਟ ਫੁੱਲ ਕਹਿੰਦੇ ਨੂੰ, ਮਧਾਣੀ ਦੇ ਫੁੱਲ ਵਾਂਗੂ ਬਿਲਕੁਲ ਮੂਹਰੋਂ ਬੰਦ ਹੋਣਗੇ, ਤਾਂ ਫਿਰ ਇਦੋਂ ਬਾਅਦ ਤੁਸੀਂ ਨਰਮੇ ਨੂੰ ਜਿਵੇਂ ਇਸ ਕੰਡੀਸ਼ਨ 'ਚ ਆ ਤਾਂ ਪਾਣੀ ਜ਼ਰੂਰ ਲਾ ਕੇ, ਪਾਣੀ ਲਾ ਕੇ ਸਪਰੇਆਂ ਜਿਹੜੀਆਂ ਰਿਕਮੈਂਡ ਹੈ ਖੇਤੀਬਾੜੀ ਯੂਨੀਵਰਸਿਟੀ ਵੱਲੋਂ, ਕਿਊਰਾ ਕਰਾਨ ਹੈਗੀ ਹੈ ਰਿਕਮੈਂਡ ਹੈ ਦਵਾਈ, ਉਹ ਕਰੋ। ਜਾਂ ਹੋਰ ਵੀ ਜਿਵੇਂ ਅਵਾਂਟ ਹੈਗੀ ਹੈ ਜਾਂ ਪ੍ਰੋਕਲੇਮ ਹੈਗੀ ਹੈ ਜਾਂ ਜੋ ਵੀ ਦਵਾਈਆਂ ਰਿਕਮੈਂਡ ਹੈ, ਇੱਕ ਵਾਰੀ ਰਾਏ ਲੈ ਕੇ, ਮਾਹਰਾਂ ਦੀ ਰਾਏ ਲੈ ਕੇ, ਤਾਂ ਇਸ ਟਾਈਮ 'ਤੇ ਤੁਹਾਨੂੰ ਜਿਹੜੀ ਦਵਾਈ ਉਹ ਕਰਨੀ ਬਣਦੀ ਹੈ। ਕਿਉਂਕਿ ਅਗਰ ਪਹਿਲੀ ਪੀੜ੍ਹੀ ਤੁਸੀਂ ਇਹ ਸਮਝਣ ਦੀ ਜ਼ਰੂਰਤ ਹੈ, ਇੱਥੇ ਜਿਹੜੀ ਇਹ ਪਹਿਲੀ ਸਟੇਜ ਹੈ, ਪਹਿਲੀ ਪੀੜ੍ਹੀ ਹੈ, ਇਹ 30 ਦਿਨਾਂ 'ਚ ਆਪਦਾ ਜਿਹੜਾ ਲਾਈਫ ਸਰਕਲ ਆ ਉਹ ਪੂਰਾ ਕਰ ਲੈਂਦੀ ਹੈ। ਪਹਿਲੀ ਪੀੜ੍ਹੀ ਨੂੰ ਅਗਰ ਤੁਸੀਂ ਇੱਥੇ ਤੋੜ ਦਿਓਗੇ ਤਾਂ ਇਹਦਾ ਮਤਲਬ ਜਿਹੜੀ ਪਹਿਲਾਂ ਇਹ ਇੱਕ ਸੁੰਡੀ ਤੋਂ ਅਗਲੀ ਪੀੜ੍ਹੀ ਇਹ 60 ਹੋ ਜਾਂਦੀਆਂ, ਫਿਰ 60 ਤੋਂ 25-2600 ਹੋ ਜਾਂਦੀ ਹੈ, ਅਤੇ ਫਿਰ ਇਹ ਲੱਖਾਂ 'ਚ ਚਲੀ ਜਾਂਦੀ ਹੈ। ਤਾਂ ਇਹਦਾ ਮਤਲਬ ਜੇ ਤੁਸੀਂ ਅੱਜ ਇਹਦਾ ਸਰਕਲ ਤੋੜ ਰਹੇ ਹੋ ਤਾਂ ਆਉਣ ਵਾਲੀ ਜਿਹੜੀ ਤੀਜੀ ਪੀੜ੍ਹੀ ਉਹਦੀ ਲੱਖ ਸੁੰਡੀ ਅੱਜ ਇੱਕ ਸੁੰਡੀ ਦੇ ਰੂਪ 'ਚ ਤੁਸੀਂ ਮਾਰ ਰਹੇ ਹੋ। ਤਾਂ ਇੱਥੇ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ ਇਸ ਸਟੇਜ 'ਤੇ। ਜਿੱਦਾਂ ਹੁਣ ਆਪਾਂ ਨਰਮਾ ਦੇਖ ਰਹੇ ਹਾਂ, ਫੁੱਲ ਫਲਾਕਾ ਵੀ ਇਹਨੂੰ ਹੈਗਾ, ਜਿੱਦਾਂ 3-4 ਫੁੱਲ ਹੈ, ਟਿੰਡੇ ਵੀ ਬਣ ਚੁੱਕੇ ਹੈਗੇ ਤੁਸੀਂ ਦੇਖ ਰਹੇ ਹੋ, ਤਾਂ ਜ਼ਰੂਰ ਧਿਆਨ ਦੇਣਾ ਅਤੇ ਜ਼ਰੂਰ ਇਹਦਾ ਇਸ ਟਾਈਮ 'ਤੇ ਧਿਆਨ ਰੱਖਣਾ। ਕਿਉਂਕਿ ਨਰਮਾ ਬਚਾਉਣਾ ਤਾਂ ਪਹਿਲਾਂ ਸਟਾਰਟਿੰਗ ਦੇ ਵਿੱਚੋਂ ਉੱਤੋਂ ਹੀ ਜਿਹੜਾ ਇਹਦਾ ਤੁਹਾਨੂੰ ਸਰਕਲ ਆ ਉਹ ਸੁੰਡੀ ਦਾ ਤੋੜਨਾ ਪਊਗਾ। ਤਾਂ ਜ਼ਰੂਰ ਹੋਰ ਵੀ ਵੀਡੀਓ ਨਰਮੇ ਦੀਆਂ ਇਸ ਤਰ੍ਹਾਂ ਦੀਆਂ ਦੇਖਣ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ।